ਜੀ ਹਾਂ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ 'ਤੇ ਨਜ਼ਰ, ਬਲਦੇਵ ਮੈਨੂੰ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਹਰਮਿੰਦਰ ਸਮਰਾ ਜੀ ਸੈਕਰਮੈਂਟੋ ਤੋਂ, ਜਰਨੈਲ ਸਿੰਘ ਲਿਨਵੁੱਡ, ਰਣਬੀਰ ਸਿੰਘ ਰਾਣਾ ਬੇਕਸਵੀਡ ਤੋਂ, ਜਗਤਾਰ ਸਿੰਘ ਆਨੰਦਪੁਰੀ ਫਰੀਮਾਰਟ ਤੋਂ, ਮਨਜੀਤ ਸਿੰਘ ਦਵਾਨਾ ਜੀ ਫਰੈਜ਼ਨੋ ਤੋਂ, ਅਮਰਜੀਤ ਸਿੰਘ ਅਤੇ ਪ੍ਰੀਤਮ ਕੌਰ ਕੰਗੂੜਾ ਫਰੈਜ਼ਨੋ ਤੋਂ, ਚਰਨਜੀਤ ਬੜਵਾਲ ਯੂਨੀਵਰਸਿਟੀ ਤੋਂ ਅਤੇ ਸਰਬਜੀਤ ਸਿੰਘ ਅਤੇ ਬਲਵਿੰਦਰ ਕੌਰ ਚੋਕਰ ਟਰਲਾਕ ਤੋਂ ਸਪਾਂਸਰਾਂ ਦਾ ਧੰਨਵਾਦ ਕਰਦੇ ਹਾਂ। ਅਤੇ ਹੁਣ ਅਸੀਂ ਸਵਾਗਤ ਕਰਦੇ ਹਾਂ ਬਲਦੇਜ ਪੰਨੂ ਜੀ ਨੂੰ। ਹਾਂਜੀ ਬਲਦੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖਿਆ ਜੀ ਕੀ ਕੁਛ ਵਾਪਰ ਰਿਹਾ, ਕਿਉਂਕਿ ਵੱਡੀ ਤਾਂ ਖਬਰ ਹੈ ਕਿ ਅੱਜ ਜਿਹੜੇ ਤੁਹਾਡੇ ਵਾਲੇ ਰਾਸ਼ਟਰਪਤੀ ਨੇ ਜੀ ਇੱਧਰ ਵਾਲੀ ਸਾਈਡ ਦੇ ਉੱਤੇ ਆ ਰਹੇ ਨੇ, ਸੋ ਡੋਨਲਡ ਟਰੰਪ ਹੁਰੀ ਜਿਹੜੇ ਜੀ ਅੱਜ ਪਹੁੰਚਣਗੇ ਭਾਰਤ ਦੇ ਵਿੱਚ। 2 ਦਿਨਾਂ ਦਾ ਇਹ ਦੌਰਾ ਕਈ ਪੁਆਇੰਟ ਆਫ ਵਿਊ ਦੇ ਨਾਲ ਇਹ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਡੋਨਲਡ ਟਰੰਪ ਹੋਰਾਂ ਦੇ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ, ਉਹਨਾਂ ਦੀ ਧੀ ਜਵਾਈ ਤੇ ਪ੍ਰਸ਼ਾਸਕੀ ਅਧਿਕਾਰੀ ਜਿਹੜੇ ਆ ਜੀ ਉਹ ਆਉਣਗੇ ਅੱਜ ਜਿਹੜਾ ਜੀ ਅਹਿਮਦਾਬਾਦ ਦੇ ਵਿੱਚ ਹੋਣਗੇ। ਫਿਰ ਉਸ ਤੋਂ ਬਾਅਦ ਜਿਹੜਾ ਜੀ ਤਾਜ ਮਹਿਲ ਤੇ ਫਿਰ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਹੋਣਗੇ। ਭਾਰਤ ਦਾ ਦੌਰਾ ਕਰਨ ਵਾਲੇ ਟਰੰਪ ਅਮੈਰੀਕਾ ਦੇ 7ਵੇਂ ਜਿਹੜਾ ਪ੍ਰੈਜੀਡੈਂਟ ਨੇ। 60 ਸਾਲ ਪਹਿਲਾਂ 9 ਤੋਂ 14 ਦਸੰਬਰ ਸੰਨ 1968 ਦੇ ਵਿੱਚ ਰਾਸ਼ਟਰਪਤੀ ਉਹਨਾਂ ਦੇ ਜਿਹੜੇ ਸਨ ਡਵਾਈਟ ਡੀ ਆਈਜ਼ਨਹਾਵਰ, ਉਹਨਾਂ ਨੇ ਭਾਰਤ ਦੇ ਦੌਰੇ ਦੇ ਉੱਤੇ ਆਉਣ ਵਾਲੇ ਪਹਿਲੇ ਉਹ ਅਮੈਰੀਕਨ ਰਾਸ਼ਟਰਪਤੀ ਸੀਗੇ ਜੀ। ਔਰ ਜਿਹੜਾ ਇੱਥੇ ਦਿੱਲੀ ਦੇ ਵਿੱਚ ਜਿਹੜਾ ਰਾਸ਼ਟਰਪਤੀ ਨੇ ਉਹਨਾਂ ਨੇ ਇਹਨਾਂ ਦੇ ਡਿਨਰ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ, ਪਰ ਉਹਦੇ ਵਿੱਚ ਸੋਨੀਆ ਗਾਂਧੀ ਹੋਰਾਂ ਨੂੰ ਨਾਂ ਜਿਹੜਾ ਜੀ ਉਹ ਸੱਦਣਾ ਇਹ ਵੀ ਇੱਥੇ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਵੈਸੇ ਚਰਚਾ ਦਾ ਵਿਸ਼ਾ ਜਿਹੜੀ ਆ ਇੱਕ ਕੰਧ ਜਿਹੜੀ ਅਹਿਮਦਾਬਾਦ ਦੇ ਵਿੱਚ ਉਸਾਰੀ ਗਈ ਆ, ਝੁੱਗੀਆਂ ਝੌਂਪੜੀਆਂ ਜਿਹੜੀਆਂ ਸੀ ਉਹਨੂੰ ਲੁਕਾਉਣ ਦੇ ਵਾਸਤੇ ਚਰਚਾ ਦਾ ਵਿਸ਼ਾ ਤਾਂ ਉਹ ਕੰਧ ਵੀ ਜਿਹੜੀ ਉਹ ਬਣੀ ਹੋਈ ਹੈ ਇੱਥੇ। ਹਾਂ, ਚਰਚਾ ਦਾ ਵਿਸ਼ਾ ਇਹ ਵੀ ਬਣਿਆ ਹੋਇਆ ਕਿ ਦਿੱਲੀ ਦੇ ਵਿੱਚ ਜਿਹੜੇ ਸਕੂਲ ਦਿੱਲੀ ਦੀ ਸਰਕਾਰ ਦੇ ਵੱਲੋਂ ਬਣਾਏ ਹੋਏ ਨੇ, ਛੋਟੇ ਬੱਚਿਆਂ ਨੂੰ ਖਾਸ ਤੌਰ ਦੇ ਉੱਤੇ ਇੱਕ ਪੋਜ਼ਿਟਿਵ ਐਨਰਜੀ ਜਿਹੜੀ ਆ ਉਹਨਾਂ ਬੱਚਿਆਂ ਨੂੰ ਦੇਣ ਦੇ ਵਾਸਤੇ ਉਹ ਜਿਹੜਾ ਦੇਖਣੇ ਖਾਸ ਤੌਰ ਦੇ ਉੱਤੇ ਟਰੰਪ ਦੀ ਪਤਨੀ ਦੇ ਵੱਲੋਂ। ਔਰ ਚਰਚਾ ਦਾ ਵਿਸ਼ਾ ਇਹ ਵੀ ਬਣਿਆ ਹੋਇਆ ਕਿ ਉਹਦੇ ਵਿੱਚੋਂ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਉਹਨਾਂ ਨੂੰ ਜਿਹੜਾ ਜੀ ਉਸ ਲਿਸਟ ਦੇ ਵਿੱਚੋਂ ਕੱਢਿਆ ਗਿਆ ਜਿਹਦੇ ਵਿੱਚ ਉਹਨਾਂ ਨੇ ਜਿਹੜਾ ਜੀ ਇਹ ਸਕੂਲ ਵਿਖਾਉਣੇ ਸਨ। ਚਰਚਾ ਤਾਂ ਇਹ ਵੀ ਜਿਹੜੀ ਜੀ ਉਹ ਹੋਈ ਜਾਂਦੀ ਹੈ। ਚਰਚਾ ਇਸ ਗੱਲ ਦੀ ਵੀ ਹੋਈ ਜਾਂਦੀ ਆ ਕਿ ਪਹਿਲਾਂ ਜਿਹੜੇ ਜੀ ਟਰੰਪ ਹੋਰੀ ਕਹਿੰਦੇ ਸੀ ਕਿ 70 ਲੱਖ ਲੋਕ ਉਹਨਾਂ ਨੂੰ ਵੇਖਣ ਆਉਣਗੇ, ਬਾਅਦ ਦੇ ਵਿੱਚ ਉਹਨਾਂ ਨੇ ਇਹ ਗਿਣਤੀ ਜਿਹੜੀ ਜੀ ਉਹ 1 ਕਰੋੜ ਤੱਕ ਕਹਿ ਦਿੱਤੀ, ਜਦੋਂ ਕਿ ਜਿਹੜਾ ਪ੍ਰਸ਼ਾਸਨ ਹੈ ਅਹਿਮਦਾਬਾਦ ਦਾ ਉਹ ਕਹਿੰਦਾ ਹੈ ਕਿ 1 ਲੱਖ ਤੋਂ 1.5 ਲੱਖ ਬੰਦਾ ਜਿਹੜਾ ਜੀ ਉੱਥੇ ਆਊਗਾ। ਵੈਸੇ ਜਿਹੜੇ ਸਵਾਗਤੀ ਗੇਟ ਬਣਾਏ ਗਏ ਆ ਵੱਡੇ, ਉਹਨਾਂ ਦੇ ਵਿੱਚੋਂ ਇੱਕ ਡਿੱਗ ਜਿਹੜਾ ਕੱਲ੍ਹ ਜਿਹੜਾ ਜੀ ਚਰਚਾ ਦਾ ਵਿਸ਼ਾ ਸੀ ਇਹ ਵੀ ਜਿਹੜਾ ਉਹ ਬਣਿਆ ਹੋਇਆ। ਹੁਣ ਟਰੰਪ ਹੁਰੀ ਇੱਥੇ ਆਉਂਦੇ ਆ, ਫਿਰ ਉਹ ਟਵੀਟ ਕਰਕੇ ਕਿੰਨੀ ਗਿਣਤੀ ਜਿਹੜੀ ਜੀ ਉਹ ਦੱਸਦੇ ਆ ਉਹਨਾਂ ਨੂੰ ਵੇਖਣ ਵਾਲਿਆਂ ਦੀ, ਇਹ ਬੜਾ ਇੰਟਰਸਟਿੰਗ ਜਿਹੜਾ ਜੀ ਉਹ ਰਹੂਗਾ। ਤੇ ਜਿਹੜਾ ਚਰਚਾ ਦਾ ਵਿਸ਼ਾ ਤਾਂ ਇਹ ਵੀ ਬਣਿਆ ਹੋਇਆ ਕਿ ਟਰੰਪ ਹੁਰੀ ਜਿਹੜਾ ਉਹ ਕਹਿੰਦੇ ਆ ਕਿ ਅਸੀਂ ਕੋਈ ਡੀਲ ਜਿਹੜੀ ਆ ਉਹ ਭਾਰਤ ਦੇ ਨਾਲ ਨਹੀਂ ਜਿਹੜਾ ਉਹ ਕਰਨੀ, ਉਹ ਇਸ ਕਰਕੇ ਸ਼ਾਇਦ ਜਿਹੜਾ ਦੱਸ ਏਡੀ ਵੱਡੀ ਗਿਣਤੀ ਦੇ ਵਿੱਚ ਵੇਖਣ ਆਉਣਾ ਕਿ ਅਮੈਰੀਕਾ ਦੇ ਵਿੱਚ ਜਿਹੜੀਆਂ ਹੋ ਰਹੀਆਂ ਚੋਣਾਂ ਨੇ ਉਹਦੇ ਉੱਤੇ ਉੱਥੇ ਰਹਿੰਦੇ ਭਾਰਤੀ ਭਾਈਚਾਰੇ ਦੇ ਉੱਤੇ ਉਹ ਕੋਈ ਇੰਪੈਕਟ ਪਾ ਸਕਣ, ਜਿਹੜੇ ਕਿ ਹਾਊਦੀ ਮੋਦੀ ਦੇ ਨਾਅਰੇ ਲਾਉਂਦੇ ਸੀਗੇ ਜਦੋਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਜਿਹੜਾ ਜੀ ਉਹ ਗਏ ਸੀਗੇ। ਇਹ ਦੌਰੇ ਨੂੰ ਜਿਹੜਾ ਜੀ ਉਹ ਨਮਸਤੇ ਟਰੰਪ ਦਾ ਨਾਮ ਦਿੱਤਾ ਗਿਆ, ਜਿਹਨੂੰ ਪਹਿਲਾਂ ਕੇਮ ਛੋ ਟਰੰਪ ਜਿਹੜਾ ਨਾਮ ਦਿੱਤਾ ਗਿਆ ਸੀ, ਸ਼ਾਇਦ ਉਹ ਇੱਕ ਸੂਬੇ ਦੇ ਨਾਲ ਜੁੜਦਾ ਸੀਗਾ, ਇਸ ਕਰਕੇ ਜਿਹੜਾ ਜੀ ਉਹਨੂੰ ਨਮਸਤੇ ਟਰੰਪ ਦਾ ਨਾਮ ਦਿੱਤਾ ਗਿਆ ਜੀ। ਸੋ ਦੇਖਦੇ ਆ ਜੀ ਕਿੱਧਰ ਨੂੰ ਜਿਹੜੀ ਕਹਾਣੀ ਜਾਂਦੀ ਹੈ। CAA ਦੇ ਵਿਰੋਧੀ ਤੇ ਹਮਾਇਤੀਆਂ ਦੇ ਵਿਚਾਲੇ ਇਸ ਦੌਰੇ ਤੋਂ ਐਨ ਪਹਿਲਾਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਹੋਈ ਜਿਹੜੀ ਆਪਸੀ ਝੜਪਾਂ ਨੇ ਉਹ ਵੀ ਫਿਕਰਮੰਦੀ ਕਿਤੇ ਨਾ ਕਿਤੇ ਜਿਹੜਾ ਜੀ ਉਹ ਪ੍ਰਗਟ ਕਰਦੀਆਂ ਨੇ ਕਿ ਇੱਕ ਵੱਡੇ ਮਹਿਮਾਨ ਦੇ ਆਉਣ ਤੋਂ ਪਹਿਲਾਂ ਇਹਨਾਂ ਚੀਜ਼ਾਂ ਵੱਲ ਕੋਈ ਧਿਆਨ ਜਿਹੜਾ ਜੀ ਉਹ ਨਹੀਂ ਦਿੱਤਾ ਜਾ ਰਿਹਾ। ਉੱਤਰ ਪੂਰਬੀ ਦਿੱਲੀ ਦੇ
ਜਾਫਰਾਬਾਦ ਨੇੜੇ ਜਿਹੜਾ ਸੀਗਾ PAA ਦੇ ਵਿਰੋਧ ਤੇ ਇਹਦੇ ਹੱਕ ਦੇ ਵਿੱਚ ਖੜਨ ਵਾਲੀਆਂ ਦੋ ਧਿਰਾਂ ਜਿਹੜੀਆਂ ਸੀ ਉਹਨਾਂ ਦੇ ਵਿਚਾਲੇ ਝੜਪਾਂ ਹੋ ਗਈਆਂ। ਮੌਜਪੁਰ ਦੇ ਵਿੱਚ ਹੋਏ ਟਕਰਾਅ ਦੇ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਉੱਤੇ ਜੰਮ ਕੇ ਪੱਥਰਬਾਜ਼ੀ ਕੀਤੀ। ਪੁਲਿਸ ਨੇ ਦੋਵਾਂ ਧਿਰਾਂ ਨੂੰ ਖੜਾਉਣ ਲਈ ਅੱਥਰੂ ਗੈਸ ਦੇ ਗੋਲੇ ਜਿਹੜੇ ਸੀਗੇ ਜੀ ਉਹ ਦਾਗੇ। ਮੌਜਪੁਰ ਤੇ ਬਾਬਰਪੁਰ ਮੈਟਰੋ ਸਟੇਸ਼ਨ ਤੇ ਦਾਖਲੇ ਦੇ ਬਾਹਰ ਜਾਣ ਵਾਲੇ ਜਿਹੜੇ ਗੇਟ ਸੀ ਉਹਨਾਂ ਨੂੰ ਬੰਦ ਕਰਨਾ ਪੈ ਗਿਆ। ਜਿਹੜੇ ਜਾਫਰਾਬਾਦ ਸਟੇਸ਼ਨ ਦੇ ਬਾਹਰ ਜਿਹੜੇ ਸੈਂਕੜੇ ਧਰਨਾਕਾਰੀ ਸੀਗੇ ਜਿਹਨਾਂ ਦੇ ਵਿੱਚ ਵੱਡੀ ਗਿਣਤੀ ਔਰਤਾਂ ਦੀ ਸੀ, ਉਹਨਾਂ ਦੇ ਵੱਲੋਂ ਸ਼ਾਹੀਨ ਬਾਗ ਦੀ ਤਰਜ਼ ਦੇ ਉੱਤੇ CAA ਤੇ NRC ਦੇ ਵਿਰੋਧ ਦੇ ਵਿੱਚ ਲਾਏ ਧਰਨੇ ਤੋਂ ਬਾਅਦ ਸਟੇਸ਼ਨ ਦੇ ਗੇਟ ਜਿਹੜੇ ਸੀ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ। ਜਿਹੜੇ ਧਰਨਾਕਾਰੀ ਸੀਗੇ ਸ਼ਨਿਚਰਵਾਰ ਰਾਤ ਨੂੰ ਇਹਨਾਂ ਨੇ ਸਟੇਸ਼ਨ ਦੇ ਬਾਹਰ ਜਿਹੜੇ ਜੀ ਉਹ ਡਟ ਗਏ। CAA ਦੀ ਹਮਾਇਤ ਕਰਨ ਵਾਲੀ ਧਿਰ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਮੌਜਪੁਰ ਟ੍ਰੈਫਿਕ ਸਿਗਨਲ ਦੇ ਨੇੜੇ ਇਕੱਤਰ ਹੋਣ ਦਾ ਸੱਦਾ ਦਿੱਤਾ ਸੀਗਾ ਔਰ ਦੋਵਾਂ ਧਿਰਾਂ ਦੇ ਵਿਚਾਲੇ ਝੜਪ ਹੋ ਗਈ। ਜਿਹੜੇ ਇਹਨਾਂ ਨੂੰ ਭਟਕਾਉਣ ਵਾਲਾ ਸੀ ਕਪਿਲ ਮਿਸ਼ਰਾ ਉਹਨੇ ਇਹ ਗੱਲ ਕਹੀ ਕਿ ਅਸੀਂ ਦਿੱਲੀ ਪੁਲਿਸ ਨੂੰ ਸੜਕ ਖਾਲੀ ਕਰਵਾਉਣ ਲਈ 3 ਦਿਨ ਦਾ ਅਲਟੀਮੇਟਮ ਦਿੱਤਾ ਸੀ, ਜਾਫਰਾਬਾਦ ਤੇ ਚਾਂਦਬਾਗ ਸੜਕਾਂ ਨੂੰ ਖਾਲੀ ਕਰਵਾਇਆ ਜਾਵੇ। ਉਹਨੇ ਇੱਕ ਟਵੀਟ ਦੇ ਵਿੱਚ ਇਹ ਵੀ ਕਿਹਾ ਕਿ ਜਿਹਦੇ ਉਹਨੇ ਕਿਹਾ ਕਿ ਉਹ ਦਿੱਲੀ ਦੇ ਵਿੱਚ ਮੁਸੀਬਤਾਂ ਪੈਦਾ ਕਰਨਾ ਚਾਹੁੰਦੇ ਨੇ ਪ੍ਰਦਰਸ਼ਨਕਾਰੀ ਖਾਸ ਤੌਰ ਦੇ ਉੱਤੇ ਉਹਨਾਂ ਨੂੰ ਕਿਹਾ। ਔਰ ਸੜਕਾਂ ਘੇੜਨ ਦੀ ਜਿਹੜੀ ਉਹ ਵਜ੍ਹਾ ਇਹੀ ਆ ਕਿ ਉਹਨਾਂ ਨੂੰ ਦੰਗਿਆਂ ਵਾਲੇ ਹਾਲਾਤ ਜਿਹੜਾ ਜੀ ਉਹ ਬੜਾ ਛੱਡੇ ਨੇ। ਦੂਜੇ ਪਾਸੇ ਜਿਹੜੇ ਅਲੀਗੜ੍ਹ ਦੇ ਵਿੱਚ ਪੁਰਾਣੇ ਸ਼ਹਿਰ ਦੇ ਅੰਦਰ ਜਿਹੜਾ ਜੀ ਅੱਗ ਕਈ ਥਾਂ ਦੇ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਪੱਥਰਬਾਜ਼ੀ ਦੀਆਂ ਘਟਨਾਵਾਂ ਤੋਂ ਬਾਅਦ CAA ਵਿਰੋਧੀ ਪ੍ਰਦਰਸ਼ਨ ਜਿਹੜੇ ਸੀ ਉਹਨਾਂ ਨੇ ਹਿੰਸਕ ਰੂਪ ਧਾਰ ਲਿਆ ਔਰ ਪ੍ਰਦਰਸ਼ਨਕਾਰੀਆਂ ਨੇ ਕੋਤਵਾਲੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਅਪਰ ਕੋਟ ਏਰੀਆ ਦੇ ਵਿੱਚ ਜਾਇਦਾਦ ਦੀ ਭੰਨ ਤੋੜ ਕੀਤੀ ਆ। ਸੁਰੱਖਿਆ ਅਮਲੇ ਦੇ ਉੱਤੇ ਪੱਥਰਬਾਜ਼ੀ ਜਿਹੜੀ ਹੈ ਉਹ ਕੀਤੀ ਗਈ ਆ। ਪੁਲਿਸ ਨੂੰ ਹਿੰਸਾ ਤੇ ਤਾਰੂ ਹੰਡੂਮ ਨੂੰ ਖਿਡਾਉਣ ਦੇ ਵਾਸਤੇ ਅੱਥਰੂ ਗੈਸ ਜਿਹੜੀ ਹੈ ਉਹ ਵਰਤਣੀ ਜਿਹੜਾ ਜੀ ਉਹ ਪਈ ਆ। ਸ਼ਾਹੀਨ ਬਾਗ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਧਰਨਾ ਲਾਈ ਬੈਠੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਹਟਾਉਣ ਦੇ ਵਾਸਤੇ ਸਾਲਸ ਦੇ ਵਜੋਂ ਯਤਨ ਕਰ ਰਹੇ ਸਾਬਕਾ ਸੂਚਨਾ ਕਮਿਸ਼ਨਰ ਵਜਾਹਤ ਹਬੀਬੁੱਲਾ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਹਲਫਨਾਮਾ ਦਾਇਰ ਕਰਕੇ ਦਾਅਵਾ ਕੀਤਾ ਹੈ ਕਿ ਸ਼ਾਹੀਨ ਬਾਗ ਦੇ ਵਿੱਚ CAA ਵਿਰੋਧੀ ਪ੍ਰਦਰਸ਼ਨ ਅਮਨ ਅਮਾਨ ਦੇ ਨਾਲ ਜਿਹੜਾ ਵੀ ਉਹ ਚੱਲ ਰਿਹਾ ਔਰ ਇਸ ਸੜਕੀ ਰੂਟ ਰਾਹੀਂ ਲੰਘਦੇ ਜਿਹੜੇ ਰਾਹਗੀਰ ਨੇ ਉਹਨਾਂ ਨੂੰ ਅਸਲ ਦਿੱਕਤ ਧਰਨੇ ਤੋਂ ਨਹੀਂ ਹੈ ਬਲਕਿ ਪੁਲਿਸ ਦੇ ਵੱਲੋਂ ਧਰਨੇ ਵਾਲੀ ਥਾਂ ਦੇ ਉੱਤੇ ਲਾਏ ਗਏ ਗੈਰ ਲੋੜੀਂਦੇ ਜਿਹੜੇ ਬੈਰੀਕੇਡ ਨੇ ਉਹਨਾਂ ਤੋਂ ਮੁਸ਼ਕਲ ਜਿਹੜੀ ਜੀ ਉਹ ਹੈ ਜੀ। ਪੰਜਾਬ ਵੱਲ ਨੂੰ ਪਰਤੀਏ ਤਾਂ ਸੰਗਰੂਰ ਦੇ ਵਿੱਚ ਜਿਹੜਾ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੇ ਪੰਜਾਬ ਬਚਾਓ ਪੰਥ ਬਚਾਓ ਨਾਂ ਦੇ ਹੇਠ ਵੱਡੀ ਇੱਕ ਰੈਲੀ ਜਿਹੜੀ ਸੀ ਉਹ ਕਰਕੇ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਜਿਹੜਾ ਉਹ ਕੀਤਾ। ਢੀਂਡਸਾ ਨੇ ਲੋਕਾਂ ਤੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਬਰਖਾਸਤ ਕਰਨ ਦਾ ਮਤਾ ਵੀ ਪਾਸ ਕਰਵਾਇਆ। ਬਾਦਲਾਂ ਨੂੰ ਉਹਨਾਂ ਦੇ ਅੰਦਾਜ਼ ਦੇ ਵਿੱਚ ਸਿਆਸੀ ਭਾਜੀ ਮੋੜੀ ਗਈ। 2 ਫਰਵਰੀ ਨੂੰ ਇਸ ਜਗ੍ਹਾ ਦੇ ਉੱਤੇ ਢੀਂਡਸਾ ਪਿਓ ਪੁੱਤ ਖਿਲਾਫ ਅਕਾਲੀ ਦਲ ਨੇ ਮਤੇ ਪਾਸ ਕਰਵਾਏ ਸੀ। ਰੈਲੀ ਦੇ ਦੌਰਾਨ ਅਕਾਲ ਤਖ਼ਤ SGPC ਤੇ ਹੋਰ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਜਿਹੜਾ ਸੀ ਉਹ ਇੱਥੇ ਅਹਿਦ ਲਿਆ ਗਿਆ ਔਰ ਸੰਗਰੂਰ ਦੀ ਧਰਤੀ ਤੋਂ ਗੁਰਦੁਆਰਾ ਸੁਧਾਰ ਦੀ ਲਹਿਰ ਜਿਹੜੀ ਆ ਉਹ ਮੁੜ ਕੇ ਉਹਨੂੰ ਸ਼ੁਰੂ ਕਰਨ ਦਾ ਕਰਾਰ ਜਿਹੜਾ ਸੀ ਉਹ ਦਿੱਤਾ ਗਿਆ। ਇਸ ਮੌਕੇ ਦੇ ਉੱਤੇ ਬੇਅਦਬੀ ਦੀਆਂ ਘਟਨਾਵਾਂ ਡੇਰਾ ਸਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਮੁੱਦੇ ਵੀ ਜਿਹੜੇ ਉਹ ਉਭਰੇ। ਬਾਦਲ ਪਰਿਵਾਰ ਹੀ ਜਿਹੜਾ ਸੀ ਉਹ ਜ਼ਿਆਦਾਤਰ ਬਦਾਰਿਆਂ ਦੇ ਨਿਸ਼ਾਨੇ ਦੇ ਉੱਤੇ ਜਿਹੜਾ ਸੀ ਉਹ ਰਿਹਾ। ਰੈਲੀ ਦੇ ਦੌਰਾਨ 2 ਜਿਹੜੇ ਵਿਅਕਤੀ ਸੀ ਉਹ ਗੁਰਸਿੱਖ ਉਹਨਾਂ ਨੇ ਚੋਲੇ ਪਾ ਕੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਲਾਮ ਦਰਸਾਉਂਦਿਆਂ ਹੋਇਆ ਸੰਗਲਾਂ ਦੇ ਵਿੱਚ ਜਕੜੇ ਹੋਏ ਉਹ ਖੜੇ ਸਨ ਔਰ ਪਰਮਿੰਦਰ ਸਿੰਘ ਢੀਂਡਸਾ ਨੇ ਦੋਵਾਂ ਨੂੰ ਗੁਲਾਮੀ ਤੋਂ ਆਜ਼ਾਦ ਕਰਾਉਣ ਦੀ ਰਸਮ ਵੀ ਜਿਹੜੀ ਸੀ ਉਹ ਅਦਾ ਕੀਤੀ। ਜੇ ਇਕੱਠ ਦੀ ਗੱਲ ਕਰੀਏ ਤਾਂ ਜਿਹੜਾ ਬਾਦਲ ਦਲ ਨੇ ਇਕੱਠ ਕੀਤਾ ਸੀਗਾ ਉਹਦੇ ਤੋਂ ਲਗਭਗ ਦੁੱਗਣਾ ਇਕੱਠ ਜਿਹੜਾ ਸੀਗਾ ਜੀ ਇਸ ਰੈਲੀ ਦੇ ਵਿੱਚ ਸੀਗਾ। ਤਿੱਖੇ ਹਮਲੇ ਜਿਹਨਾਂ ਨੇ ਕੀਤੇ ਉਹਦੇ ਵਿੱਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੁਰੀ, ਵੀਰ ਦਵਿੰਦਰ ਸਿੰਘ ਹੁਰੀ ਜਿਹੜਾ ਜੀ ਉਹ ਖਾਸ ਤੌਰ ਦੇ ਉੱਤੇ ਜਿਹੜਾ ਸ਼ਾਮਲ ਨੇ।
ਅਕਾਲੀ ਦਲ 19-20 ਦੇ ਪ੍ਰਧਾਨ ਰਵਿੰਦਰ ਸਿੰਘ ਜਿਹੜੇ ਸੀਗੇ ਜੀ, ਉਹਨਾਂ ਨੇ ਇਹ ਕਿਹਾ ਕਿ ਜਦੋਂ ਤੱਕ ਗੁਰੂ ਘਰਾਂ ਨੂੰ ਇੱਕ ਪਰਿਵਾਰ ਦੇ ਕਬਜ਼ੇ ਤੋਂ ਮੁਕਤ ਨਹੀਂ ਕਰਵਾ ਲਿਆ ਜਾਂਦਾ, ਉਦੋਂ ਤੱਕ ਉਹ ਚੈਨ ਦੇ ਨਾਲ ਜਿਹੜਾ ਜੀ ਉਹ ਨਹੀਂ ਬੈਠਣਗੇ। ਇੱਕ ਗੱਲ ਤਕਰੀਬਨ ਇਹ ਜਿਹੜੀ ਜੀ ਉਹ ਤੈਅ ਹੋ ਗਈ, ਇੱਕ ਤਾਂ ਇਹ ਲੰਮਾ ਤੋੜ ਵਿਛੋੜਾ ਜਿਹੜਾ ਜੀ ਉਹ ਪੈ ਗਿਆ। ਹੁਣ ਬਾਦਲ ਜਿਹੜਾ ਪਰਿਵਾਰ ਆ ਉਹਦੇ ਵਾਸਤੇ ਮੁਸ਼ਕਲ ਤਾਂ ਜਿਹੜੀ ਉਹ ਖੜੀ ਹੋ ਗਈ, ਕਿਉਂਕਿ ਇੰਨੇ ਕੁ ਦਿਨ ਪਹਿਲਾਂ ਮਾਝੇ ਦੇ ਵਿੱਚ ਇੱਕ ਰੈਲੀ ਜਿਹੜੀ ਟਕਸਾਲੀਆਂ ਨੇ ਕੀਤੀ ਸੀਗੀ, ਇਕੱਠ ਪੱਖੋਂ ਉਹ ਵੀ ਭਰਵੀਂ ਸੀ, ਪਰ ਇਹ ਰੈਲੀ ਜਿਹੜੀ ਸੀ ਇਹ ਕੁਝ ਜ਼ਿਆਦਾ ਜਿਹੜੀ ਉਹ ਭਰਵੀਂ ਸੀਗੀ। ਔਰ ਜਿਹੜੇ ਮਤੇ ਇੱਥੇ ਪਾਏ ਗਏ ਆ ਉਹ ਇੱਕ ਕਿਸਮ ਦੇ ਨਾਲ ਸਿੱਧਮ ਸਿੱਧਾ ਜਿਹੜਾ ਜੀ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਜਿਹੜੀ ਆ ਉਹਦੇ ਖਿਲਾਫ ਵਿਘਨ ਜਿਹੜਾ ਉਹ ਵਜਾ ਦਿੱਤਾ ਗਿਆ। ਔਰ ਜਿਹੜੇ ਮਤੇ ਪਾਏ ਗਏ ਆ ਉਹ ਵੀ ਖਾਸ ਤੌਰ ਦੇ ਉੱਤੇ ਇਸ ਪੱਖੋਂ ਬੜੇ ਅਹਿਮ ਨੇ ਕਿ ਅਕਾਲੀ ਦਲ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾਊਗਾ। ਇਹ ਬੜੀ ਦੇਰ ਤੋਂ ਬਾਅਦ ਵੈਸੇ ਵੇਖਣ ਨੂੰ ਜਿਹੜਾ ਜੀ ਮਿਲਿਆ ਕਿ ਉਹਦੇ ਵਿੱਚ ਜਿਹੜੇ ਪੰਥਕ ਨਾਅਰੇ ਸੀਗੇ ਉਹ ਵੀ ਲੱਗੇ, ਕਿਉਂਕਿ ਕਿਸੇ ਸਮੇਂ ਅਕਾਲੀ ਦਲ ਦੀਆਂ ਜਿਹੜੀਆਂ ਸਟੇਜਾਂ ਹੁੰਦੀਆਂ ਸੀ ਉਹਨਾਂ ਦੇ ਉੱਤੇ ਪੰਥਕ ਨਾਅਰੇ ਜਿਹੜੇ ਪ੍ਰਮੁੱਖਤਾ ਦੇ ਨਾਲ ਉਭਾਰੇ ਜਾਂਦੇ ਹੁੰਦੇ ਸੀਗੇ। ਜਦੋਂ ਢਾਡੀ ਜਿਹੜੇ ਜੀ ਖਾਸ ਤੌਰ ਦੇ ਉੱਤੇ ਜੋਸ਼ ਭਰਦੇ ਸੀ, ਹੌਲੀ ਹੌਲੀ ਜਿਉਂ ਜਿਉਂ ਇਹ ਅਕਾਲੀ ਦਲ ਜਿਹੜਾ ਜੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਪਕੜ ਦੇ ਵਿੱਚ ਆਇਆ, ਇਹਨਾਂ ਦੀ ਜਗ੍ਹਾ ਜਿਹੜੀ ਸੀ ਉਹ ਗਾਇਕ ਤੇ ਜਿਹੜੀ ਬੌਂਬੇ ਦੇ ਸਿੰਗਰ ਉਹਨਾਂ ਨੇ ਹੌਲੀ ਹੌਲੀ ਜਿਹੜਾ ਜੀ ਉਹ ਲੈ ਲਈ, ਚਾਹੇ ਉਹ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਤੇ ਚਾਹੇ ਇਹਨਾਂ ਦੀਆਂ ਸਟੇਜਾਂ ਦੇ ਉੱਤੋਂ ਜਿਹੜੀ ਉਹ ਪੁਰਾਤਨ ਚੀਜ਼ ਸੀ ਉਹ ਗਾਇਬ ਜਿਹੜੀ ਹੋ ਗਈ। ਇੱਥੇ ਥੋੜਾ ਜਿਹਾ ਇਹ ਚੀਜ਼ ਜਿਹੜੀ ਜੀ ਉਹ ਵੇਖਣ ਨੂੰ ਜ਼ਰੂਰ ਜਿਹੜੀ ਉਹ ਮਿਲੀ ਕਿ ਇੱਕ ਤਾਂ ਜਿਹੜੇ ਪੁਰਾਤਨ ਜਿਹੜੇ ਪੰਥਕ ਨਾਅਰੇ ਸੀਗੇ ਉਹ ਇੱਥੇ ਲੱਗੇ, ਔਰ ਉਹਦੀ ਇਹਦੀ ਦਿੱਖ ਜਿਹੜੀ ਸੀ ਉਹ ਅਕਾਲੀ ਦਲ ਵਰਗੀ ਦਿਸੀ ਥੋੜੀ। ਕੱਲ੍ਹ ਨੂੰ ਅਜੇ ਇਹ ਨਹੀਂ ਪਤਾ ਜੀ ਕਿ ਕਿਸ ਪਾਸੇ ਵੱਲ ਨੂੰ ਇਹ ਇਕੱਠ ਅਕਾਲੀ ਦਲ ਨੂੰ ਲੈ ਕੇ ਜਾਂਦਾ, ਇਹ ਸਮਾਂ ਜਿਹੜਾ ਉਹ ਦੱਸੂਗਾ ਜੀ। ਪੰਜਾਬ ਪੁਲਿਸ ਤੋਂ ਮੁਅੱਤਲ ਕੀਤੇ ਗਏ DSP ਬਲਵਿੰਦਰ ਸਿੰਘ ਸ਼ੇਖੋ ਨੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ 1992 ਦੇ ਵਿੱਚ ਲੁਧਿਆਣੇ ਦੀ ਗੁੜ ਮੰਡੀ ਚ ਹੋਏ ਬੰਬ ਧਮਾਕੇ ਤੇ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਵਰਗੇ ਗੰਭੀਰ ਦੋਸ਼ ਜਿਹੜੇ ਜੀ ਉਹ ਲਾਏ ਨੇ। ਮੁਅੱਤਲ DSP ਬਲਵਿੰਦਰ ਸਿੰਘ ਸ਼ੇਖੋ ਨੇ ਚੰਡੀਗੜ੍ਹ ਦੇ ਵਿੱਚ ਇੱਕ ਜਿਹੜਾ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਦੋਸ਼ ਲਾਏ ਕਿ ਸਾਲ 1992 ਦੇ ਵਿੱਚ ਕਈ ਗੈਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਣ ਕਰਕੇ ਆਸ਼ੂ ਦੇ ਖਿਲਾਫ ਟਾਡਾ ਐਕਟ ਦੇ ਤਹਿਤ ਕੇਸ ਦਰਜ ਹੋਏ ਸੀ, ਪਰ ਉਸ ਵੇਲੇ ਦੇ ਭ੍ਰਿਸ਼ਟ ਪੁਲਿਸ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਉਹ ਅਦਾਲਤਾਂ ਦੇ ਵਿੱਚੋਂ ਬਰੀ ਹੋ ਗਿਆ। DSP ਸ਼ੇਖੋ ਨੇ ਇਹ ਕਿਹਾ ਤੇ ਉਹਨਾਂ ਨੇ ਇਹਦੇ ਸੰਬੰਧੀ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਚਿੱਠੀ ਲਿਖ ਕੇ ਇਹਨਾਂ ਕੇਸਾਂ ਦੀ ਮੁੜ ਕੇ ਜਾਂਚ ਕਰਵਾਉਣ ਦੀ ਮੰਗ ਜਿਹੜੀ ਆ ਉਹ ਕੀਤੀ ਆ। ਔਰ ਉਹਨੇ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਇਹ ਕਿਹਾ ਕਿ ਉਹ ਵਿਧਾਨ ਸਭਾ ਦੇ ਵਿੱਚ ਇਸ ਤਰ੍ਹਾਂ ਦੇ ਮੰਤਰੀਆਂ ਦੇ ਖਿਲਾਫ ਆਵਾਜ਼ ਬੁਲੰਦ ਜਿਹੜੀ ਜੀ ਉਹ ਕਰਨ। DSP ਬਲਵਿੰਦਰ ਸਿੰਘ ਸੇਖੋਂ ਪਿਛਲੇ ਕੁਝ ਸਮੇਂ ਤੋਂ ਵਾਅਦਾ ਚ ਘਿਰੇ ਆ, ਖਾਸ ਤੌਰ ਦੇ ਉੱਤੇ ਭਾਰਤ ਭੂਸ਼ਣ ਆਸ਼ੂ ਦੇ ਨਾਲ ਇੱਕ ਆਡੀਓ ਜਿਹੜੀ ਪਹਿਲਾਂ ਆਈ ਸੀ ਉਹਦੇ ਤੋਂ ਬਾਅਦ ਜਿਹੜੇ ਬਲਵਿੰਦਰ ਸਿੰਘ ਸੇਖੋਂ ਸੀ ਉਹਨਾਂ ਨੂੰ ਨੌਕਰੀ ਤੋਂ ਵੀ ਜਿਹੜਾ ਜੀ ਉਹ ਮੁਅੱਤਲ ਕਰ ਦਿੱਤਾ ਗਿਆ, ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ। ਜਦੋਂ ਨਵਜੋਤ ਸਿੰਘ ਸਿੱਧੂ ਹੋਰੀ ਸਥਾਨਕ ਸਰਕਾਰਾਂ ਦੇ ਮੰਤਰੀ ਸੀ ਤਾਂ ਉਸ ਵੇਲੇ DSP ਜਿਹੜੇ ਬਲਵਿੰਦਰ ਸਿੰਘ ਸੇਖੋਂ ਨੇ ਉਹਨਾਂ ਦੇ ਕੰਮਾਂ ਦੇ ਜਿਹੜਾ ਜੀ ਉਹ ਚਰਚਾ ਜ਼ਰੂਰ ਸੀਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਨਹੀਂ ਰਹੇ ਜਿਹੜਾ ਜੀ ਉਹ ਅਹੁਦੇ ਦੇ ਉੱਤੇ, ਤੇ ਉਹਨਾਂ ਤੋਂ ਬਾਅਦ ਜਿਹੜਾ ਸੀਗਾ ਜੀ ਬਲਵਿੰਦਰ ਸਿੰਘ ਸੇਖੋਂ ਦੇ ਵੀ ਜਿਹੜੇ ਸੀ ਉਹ ਮਾੜੇ ਦਿਨ ਸ਼ੁਰੂ ਹੋ ਗਏ। ਹਾਲਾਂਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਹਨਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਜੀ। ਉਹਨੇ ਕਿਹਾ ਕਿ 30 ਸਾਲ ਪੁਰਾਣਾ ਕੇਸ ਜਾਣ ਬੁੱਝ ਕੇ ਉਛਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹਦੇ ਵਿੱਚ ਅਦਾਲਤ ਨੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਹਨੂੰ ਨਿਰਦੋਸ਼ ਕਰਾਰ ਜਿਹੜਾ ਜੀ ਉਹ ਦੇ ਦਿੱਤਾ ਸੀਗਾ। ਇਹ ਕਿਹਾ ਕਿ ਇੱਕ ਦਾਗੀ ਪੁਲਿਸ ਅਧਿਕਾਰੀ ਦੇ ਵੱਲੋਂ ਉਹਨਾਂ ਦੇ ਉੱਤੇ ਲਾਏ ਗਏ ਦੋਸ਼ ਜਿਹੜੇ ਨੇ ਉਹ ਝੂਠ ਦਾ ਪੁਲੰਦਾ ਨੇ ਜੀ, ਇਹਨਾਂ ਦੇ ਵਿੱਚ ਕੋਈ ਸੱਚਾਈ ਜਿਹੜੀ ਉਹ ਨਹੀਂ ਆ। ਮੁੱਖ ਮੰਤਰੀ ਹੋਰਾਂ ਦਾ ਨਸ਼ਾ ਮੁਕਤ ਪੰਜਾਬ ਜਿਹੜਾ ਜੀ ਉਹ ਕਿਤੇ ਨਹੀਂ ਲੱਭਦਾ। ਗੁਟਕਾ ਸਾਹਿਬ ਦੀ ਖਾਧੀ ਸਹੁੰ ਜਿਹੜੀ ਜੀ ਉਹਦਾ ਕੀ ਬਣਿਆ, ਕਿੰਨੇ ਕੁ ਚਿੱਟਾ ਵੇਚਣ ਵਾਲੇ ਲੀਡਰ ਜਿਹੜੇ ਉਹ ਜੇਲ੍ਹਾਂ ਦੇ ਵਿੱਚ ਨੇ, ਘਰਾਂ ਚ ਵੈਣ ਪੈਣੋ ਕਿਉਂ ਨੀ ਰੁਕ ਰਹੇ, ਸ਼ਮਸ਼ਾਨ ਘਾਟ ਤੇ ਪਾਰਕਾਂ ਚ ਸਰਿੰਜਾਂ ਦੇ ਢੇਰ ਕਿਉਂ ਨੇ, 3 ਸਾਲਾਂ ਤੋਂ ਬਾਅਦ ਵੀ ਜਦੋਂ 3 ਸਾਲ ਸਰਕਾਰ ਨੇ ਪੂਰੇ ਕਰ ਲਿਆ ਤਾਂ ਸਮੁੱਚੇ ਪੰਜਾਬ ਦੇ ਵਿੱਚ ਇਹ ਸਵਾਲ ਬਹੁਤ ਵੱਡੇ ਹੋ ਕੇ ਅੱਜ ਵੀ ਖੜੇ ਨੇ। 4 ਹਫ਼ਤੇ ਚ ਨਸ਼ਾ ਖਤਮ ਕਰਨ ਦਾ ਜਨਤਕ ਐਲਾਨ ਹੋਇਆ ਸੀ,
153 ਹਫ਼ਤੇ ਲੰਘ ਚੁੱਕੇ ਹੋਏ ਨੇ, ਤਸਕਰੀ ਦੇ ਰਾਹ ਹਾਲੇ ਰੁਕੇ ਨਹੀਂ। ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਵਿੱਚ ਲਿਖਿਆ ਸੀ, ਨਸ਼ਿਆਂ ਖਿਲਾਫ਼ ਜੰਗ 'ਚ ਅੱਖ ਨੁਕਤੇ ਵਾਅਦੇ ਸਨ। ਹੁਣ ਜਦੋਂ 3 ਸਾਲ ਦਾ ਵਕਫਾ ਜਿਹੜਾ ਜੀ ਉਹ ਪੂਰਾ ਹੋਣ ਵਾਲਾ ਹੈ, ਤਾਂ ਲੇਖਾ ਜੋਖਾ ਜਿਹੜਾ ਜੀ ਜੇ ਕਰੀਏ ਤਾਂ ਕੈਪਟਨ ਸਰਕਾਰ ਨੇ ਟਾਸਕ ਫੋਰਸ ਜਿਹੜੀ ਦੀ STF ਬਣਾਈ, ਨਾ ਪੂਰਾ ਸਟਾਫ ਦਿੱਤਾ, ਨਾ ਦਫ਼ਤਰ, ਨਾ ਲੋੜੀਂਦੇ ਵਹੀਕਲ। ਭਾਵੇਂ STF ਨੇ ਤਸਕਰ ਤੇ ਪੁਲਿਸ ਅਧਿਕਾਰੀ ਵੀ ਤਸਕਰੀ ਮਾਮਲੇ 'ਚ ਫੜੇ, ਪਰ ਸਿਆਸੀ ਲੋਕਾਂ ਤੱਕ ਪੁਲਿਸ ਦੇ ਲੰਮੇ ਹੱਥ ਬੌਣੇ ਸਾਬਤ ਹੋਏ। ਅੰਮ੍ਰਿਤਸਰ 'ਚ ਸਭ ਤੋਂ ਵੱਡੀ ਖੇਪ 194 ਕਿਲੋ ਹੈਰੋਇਨ ਪਿਛਲੇ ਦਿਨੀ ਜਿਹੜੀ ਉਹ ਫੜੀ ਗਈ ਹੈ, ਸਿੰਥੈਟਿਕ ਡਰੱਗ ਹੈ, ਜਿਹਦੇ 'ਚ SS ਬੋਰਡ ਦਾ ਸਾਬਕਾ ਮੈਂਬਰ ਅਨਵਰ ਮਸੀਹ ਫੜਿਆ ਗਿਆ। ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪਹਿਲਾਂ ਨਵਜੋਤ ਸਿੰਘ ਸਿੱਧੂ ਕਿੰਨੇ ਹੋਰ ਕਾਂਗਰਸੀ ਵਿਧਾਇਕ ਰੌਲਾ ਪਾਉਂਦੇ ਰਹੇ, ਸਿਆਸੀ ਨਸ਼ਾ ਤਸਕਰਾਂ ਨੂੰ ਫੜੋ। ਮੁੱਖ ਮੰਤਰੀ ਇਸ ਪਾਸੇ ਕੋਈ ਆਪਣਾ ਕੂੰਡਾ ਨਹੀਂ ਚਲਾ ਸਕੇ, ਇਹਨੂੰ ਇੱਛਾ ਸ਼ਕਤੀ ਦੀ ਕਮੀ ਕਿਹਾ ਜਾ ਸਕਦਾ, ਜਾਂ ਫਿਰ ਜਿਹੜੀ ਇੱਕ ਗੱਲ ਵੱਡੇ ਪੱਧਰ ਦੇ ਉੱਤੇ ਚੱਲਦੀ ਆ ਕਿ ਸਿਆਸੀ ਲਿਹਾਜ਼ਦਾਰੀ ਆ, ਆਪਸ ਦੇ ਵਿੱਚ ਰਲ ਮਿਲ ਕੇ ਕੰਮ ਜਿਹੜਾ ਉਹ ਹੋ ਰਿਹਾ। ਸਰਕਾਰ ਕਹਿੰਦੀ ਆ ਕਿ 3 ਸਾਲਾਂ 'ਚ 32,000 ਕੇਸ ਦਰਜ ਕੀਤੇ ਆ, 40,000 ਨਸ਼ਾ ਤਸਕਰ ਫੜੇ ਆ, ਤਸਕਰਾਂ ਲਈ ਫਾਂਸੀ ਦੀ ਸਜ਼ਾ ਲਈ ਕੇਂਦਰ ਨੂੰ ਸਿਫਾਰਿਸ਼ ਭੇਜੀ ਆ, ਵਿਧਾਨ ਸਭਾ 'ਚ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਕਾਨੂੰਨ ਪਾਸ ਕੀਤਾ। ਇਹ ਵੱਖਰੀ ਗੱਲ ਆ ਕਿ ਕੇਂਦਰ ਸਰਕਾਰ ਨੇ ਇਤਰਾਜ਼ ਲਾ ਦਿੱਤਾ ਹੈ। ਗਿੱਦੜਬਾਹਾ ਦੇ ਸ਼ਮਸ਼ਾਨ ਘਾਟ 'ਚੋਂ ਲੋਹੇ ਦੀ ਅਰਥੀ ਨੂੰ ਨਸ਼ੇੜੀ ਹੱਥ ਪਾ ਲੈਣ, ਇੱਕ ਮੰਗਲਵਾਣੇ ਦੀ ਆਟੇ ਵਾਲੀ ਪੋਟਲੀ ਖੜੋ ਕੇ ਭੱਜ ਜਾਣ, ਸ਼ਮਸ਼ਾਨ ਘਾਟ 'ਚੋਂ ਲੱਕੜਾਂ ਚੋਰੀ ਕਰ ਲੈਣ, ਇਹ ਨਸ਼ਾ ਮੁਕਤ ਪੰਜਾਬ ਦੀ ਮੌਜੂਦਾ ਤਸਵੀਰ ਹੈ। ਰਾਮਪੁਰਾ ਫੂਲ ਦੀ ਇੱਕ ਔਰਤ ਜਿਹੜੀ ਬਲਵਿੰਦਰ ਕੌਰ ਹੈ, ਜਿਹੜੀ ਕਿ ਫੌਜ ਦੇ ਸੇਵਾ ਮੁਕਤ ਕਰਨਲ ਦੀ ਪਤਨੀ ਹੈ, ਰੌਲਾ ਪਾ ਪਾ ਥੱਕਦੀ, ਪੁਲਿਸ ਨੇ ਅੱਜ ਤੱਕ ਨਹੀਂ ਸੁਣੀ। ਤਸਕਰਾਂ ਨੂੰ ਸਿੱਧੇ ਤੌਰ ਦੇ ਉੱਤੇ ਉਹ ਲਲਕਾਰਦੀ ਰਹੀ। ਸਰਕਾਰ ਕਹਿੰਦੀ ਹੈ ਨਸ਼ਿਆਂ ਦੀ ਕੀਮਤ ਵੱਧ ਗਈ ਹੈ, ਕਿਉਂਕਿ ਨਸ਼ਾ ਸਰਕਾਰ ਨਸ਼ਾ ਰੋਕਣ 'ਚ ਸਫਲ ਰਹੀ ਹੈ। ਇੱਦਾਂ ਤਾਂ ਪੰਜਾਬ 'ਚ ਹਰ ਹਫ਼ਤੇ ਕਿਸੇ ਨਾ ਕਿਸੇ ਘਰ 'ਚ ਚਿੱਟਾ ਸੱਥਰ ਕਿਉਂ ਵਿਛ ਰਿਹਾ। STF ਨੇ ਸੈਂਕੜੇ ਪੁਲਿਸ ਮੁਲਾਜ਼ਮ ਅਫਸਰ ਵੀ ਤਸਕਰੀ 'ਚ ਫੜੇ ਨੇ। ਹਾਕਮ ਧਿਰ ਦੇ ਵਿਧਾਇਕਾਂ 'ਤੇ ਇਲਜ਼ਾਮ ਲੱਗਦੇ ਰਹੇ ਕਿ ਉਹ ਤਸਕਰੀ ਰੋਕਣ ਦੇ ਰਾਹ ਦੇ ਵਿੱਚ ਅੜਿੱਕਾ ਨੇ। ਚੋਣ ਮੈਨੀਫੈਸਟੋ ਦੇ ਵਿੱਚ ਦਰਜ ਹੈ ਕਿ ਹਰ ਵਰੇ 5% ਸ਼ਰਾਬ ਦੇ ਠੇਕੇ ਸਰਕਾਰ ਬੰਦ ਕਰੂਗੀ, ਕਿਉਂਕਿ ਅਕਾਲੀ ਰਾਜ ਦੇ ਸਮੇਂ ਸ਼ਰਾਬ ਦੀ ਖਪਤ ਵਧੀ ਸੀ, ਇਹਨੂੰ 5 ਸਾਲਾਂ 'ਚ ਘਟਾਇਆ ਜਾਊਗਾ। ਹਕੀਕਤ ਹੋਰ ਹੈ, ਐਤਕੀ ਸਰਕਾਰ ਨੇ ਸਿਰਫ 7 ਸ਼ਰਾਬ ਦੇ ਠੇਕੇ ਬੰਦ ਕੀਤੇ ਆ। ਮੋਟੇ ਤੌਰ 'ਤੇ ਵੇਖੀਏ ਤਾਂ 3 ਸਾਲਾਂ 'ਚ 1,000 ਠੇਕੇ ਬੰਦ ਹੋਣੇ ਚਾਹੀਦੇ ਸੀ, ਉਲਟਾ ਠੇਕੇ ਵੱਧ ਗਏ। ਹਰਿਆਣੇ 'ਚੋਂ ਸ਼ਰਾਬ ਦੀ ਤਸਕਰੀ ਵੱਧ ਗਈ, ਔਰ ਜਿਹੜੇ ਲੀਡਰ ਨੇ ਉਹ ਸ਼ਰਾਬ ਦੀ ਤਸਕਰੀ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਇਹ 3 ਸਾਲਾਂ ਦਾ ਜਿਹੜਾ ਜੀ ਉਹ ਲੇਖਾ ਜੋਖਾ ਹੈ ਜੀ। ਹੋਰ ਆ ਜਾਓ ਇਹ ਨਸ਼ਿਆਂ ਤੋਂ ਪਾਸੇ ਹਟ ਕੇ ਪੜ੍ਹਾਈ ਵਾਲੇ ਖੇਤਰ ਦੇ ਵਿੱਚ ਜਿਹੜਾ ਜੀ ਉਹ ਦੇਖ ਲਓ। ਸਕੂਲਾਂ ਨੂੰ ਆਧੁਨਿਕ ਬਣਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਅਸਲੀਅਤ ਹੋਰ ਹੈ। ਜਿਹੜੇ ਸਰਕਾਰੀ ਕਾਲਜ ਨੇ ਉਹ ਸਰਕਾਰ ਦੀ ਅਣਦੇਖੀ ਕਰਕੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਨੇ। ਕਾਗਜ਼ਾਂ ਦੇ ਵਿੱਚ ਇਹਨਾਂ ਕਾਲਜਾਂ ਨੂੰ ਆਧੁਨਿਕ ਰੂਪ ਦਿੱਤਾ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਸਮਾਰਟ ਸਕੂਲ ਬੜੇ ਚਰਚਿਤ ਹੋਏ ਸੀ। ਦਿੱਲੀ ਦੇ ਵਿੱਚ ਜਿਹੜਾ ਭਾਸ਼ਣ ਕੀਤਾ ਗਿਆ ਸੀ, ਇਹ ਕਿਹਾ ਜਾ ਰਿਹਾ ਕਿ ਉਹ ਲੱਭਣ ਦੇ ਯਤਨਾਂ ਦੇ ਵਿੱਚ ਨੇ। ਸਟਾਇਰ ਦੇ ਰੂਪ ਦੇ ਵਿੱਚ ਜਿਹੜਾ ਜੀ ਇਹ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ ਕਿ ਹੁਣ ਅਫਵਾਹ ਕੌਣ ਫੈਲਾ ਰਿਹਾ ਕਿ ਟਰੰਪ ਦੀ ਪਤਨੀ ਨੇ ਕੈਪਟਨ ਸਾਹਿਬ ਵਾਲੇ ਸਮਾਰਟ ਸਕੂਲ ਵੇਖਣ ਦੀ ਵੀ ਜਿੱਦ ਕੀਤੀ ਹੈ। ਅਜਿਹਾ ਕੁਛ ਜਿਹੜਾ ਜੀ ਇੱਥੇ ਚੱਲੀ ਜਾ ਰਿਹਾ। ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਵਿੱਚ ਪ੍ਰੋਫੈਸਰਾਂ ਦੀਆਂ 1873 ਦੇ ਕਰੀਬ ਅਸਾਮੀਆਂ ਨੇ, ਜਿਹਨਾਂ ਦੇ ਵਿੱਚੋਂ 1300 ਤੋਂ ਵੱਧ ਖਾਲੀ ਪਈਆਂ ਨੇ। ਕਾਲਜਾਂ 'ਚ ਅਧਿਆਪਕਾਂ ਦੀ ਘੱਟ ਰਹੀ ਜਿਹੜੀ ਗਿਣਤੀ ਹੈ ਉਹ ਚਿੰਤਾ ਦਾ ਵਿਸ਼ਾ, ਜਿਹਦੇ ਕਰਕੇ ਕਾਲਜ ਗੈਸਟ ਫੈਕਲਟੀ ਤੇ ਠੇਕੇ ਤੇ ਰੱਖੇ ਪ੍ਰੋਫੈਸਰਾਂ ਦੇ ਸਿਰ ਦੇ ਉੱਤੇ ਗੁਜ਼ਾਰਾ ਕਰ ਰਹੇ ਆ। ਪੇਂਡੂ ਖੇਤਰ ਦੇ ਕਾਲਜਾਂ ਦੀ ਹਾਲਤ ਬੇਹੱਦ ਮੰਦੀ ਆ, ਜਿੱਥੇ ਪ੍ਰੋਫੈਸਰਾਂ ਦੇ ਨਾਲ ਨਾਲ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਹੈ। ਸੂਬੇ ਦੇ ਦਰਜਨ ਭਰ ਕਾਲਜ ਜਿਹੜੇ ਆ ਉਹ ਬੰਦ ਹੋਣ ਕੰਢੇ ਨੇ, ਪਰ ਵਿਭਾਗ ਕਹਿੰਦਾ ਇਹਨਾਂ ਕਾਲਜਾਂ ਨੂੰ ਇਸ ਸਾਲ ਵਧੀਆ ਢੰਗ ਦੇ ਨਾਲ ਮੁੜ ਕੇ ਸ਼ੁਰੂ ਕੀਤਾ ਜਾਊਗਾ। ਜਲੰਧਰ ਜ਼ਿਲ੍ਹੇ ਦੇ ਅਧੀਨ ਪੈਂਦੇ ਸਰਕਾਰੀ ਕਾਲਜ ਜੰਡਿਆਲਾ, ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਕਾਲਜ ਕਾਲਾ ਅਫਗਾਨਾ, ਜ਼ਿਲ੍ਹਾ ਕਪੂਰਥਲਾ ਦਾ ਸਰਕਾਰੀ ਕਾਲਜ ਭੁਲੱਥ, ਜ਼ਿਲ੍ਹਾ ਮੋਗਾ ਦਾ ਸਰਕਾਰੀ ਕਾਲਜ ਗੁਰੂ ਤੇਗ ਬਹਾਦਰ, ਜ਼ਿਲ੍ਹਾ ਬਠਿੰਡਾ ਦਾ ਸਰਕਾਰੀ ਕਾਲਜ ਸਰਦਾਰਗੜ੍ਹ, ਇੱਥੇ ਪ੍ਰੋਫੈਸਰਾਂ ਦੀ ਗਿਣਤੀ ਇੱਕਾ ਦੁੱਕਾ, ਜਿਹਦੇ ਚੱਲ ਰਿਹਾ ਕਾਲਜ ਦੇ ਸਟੂਡੈਂਟਾਂ ਦੀ ਗਿਣਤੀ ਘੱਟ ਰਹੀ ਹੈ। ਸਰਕਾਰੀ ਕਾਲਜ ਸਿੱਧਸਰ, ਸਰਕਾਰੀ ਆਰਟਸ ਐਂਡ ਸਪੋਰਟਸ ਸੈੱਲ ਜਲੰਧਰ, ਸਰਕਾਰੀ ਕਾਲਜ ਅਜਨਾਲਾ, ਸਰਕਾਰੀ ਕਾਲਜ ਤੇਜੇਵਾਲ, ਸਰਕਾਰੀ ਕਾਲਜ ਜਲਾਲਾਬਾਦ, ਇਹਨਾਂ ਦੇ ਵਿੱਚ ਵੀ ਪ੍ਰੋਫੈਸਰਾਂ ਤੇ ਹੁਣ ਸਟੂਡੈਂਟ ਦੀ ਗਿਣਤੀ ਬਹੁਤ ਜਿਹੜੀ ਉਹ ਘੱਟ ਹੈ।
ਇਹਨਾਂ ਕਾਲਜਾਂ ਦੇ ਵਿੱਚ ਸਟੂਡੈਂਟਸ ਦੀ ਗਿਣਤੀ ਘੱਟ ਹੋਣ ਕਰਕੇ ਪੀਟੀਏ ਫੰਡ ਵੀ ਇਕੱਠਾ ਨਹੀਂ ਹੁੰਦਾ, ਜਿਹਦੇ ਕਰਕੇ ਲੈਕਚਰਾਰ ਰੱਖਣ ਦੇ ਵਿੱਚ ਸਮੱਸਿਆ ਜਿਹੜੀ ਜੀ ਉਹ ਆ ਰਹੀ ਹੈ। ਜਿਹੜੇ ਸਟੂਡੈਂਟ ਵੱਡੀ ਗਿਣਤੀ ਦੇ ਵਿੱਚ ਬਾਹਰ ਜਾ ਰਹੇ ਆ, ਇਹ ਉਹਨਾਂ ਦਾ ਇੰਪੈਕਟ ਜਿਹੜਾ ਜੀ ਉਹ ਹੁਣ ਡਾਇਰੈਕਟਲੀ ਦਿਸਣਾ ਸ਼ੁਰੂ ਹੋ ਗਿਆ। ਜਿਹੜੇ ਕਈ ਸਕੂਲ ਸੀਗੇ ਜੀ ਉਹ ਚੁੱਪ ਚਪੀਤੇ ਸਰਕਾਰ ਨੇ ਬੰਦ ਕਰਤੇ ਆ, ਤੇ ਸ਼ਾਇਦ ਹੁਣ ਅਗਲਾ ਜਿਹੜਾ ਕੁਹਾੜਾ ਉਹ ਇਹਨਾਂ ਸਰਕਾਰੀ ਕਾਲਜਾਂ ਵੱਲ ਨੂੰ ਵੱਜਣਾ, ਤੇ ਚੁੱਪ ਚਪੀਤੇ ਇਹ ਵੀ ਜਿਹੜਾ ਜੀ ਉਹ ਬੰਦ ਕਰ ਦੇਣੇ ਆ। ਲੋਕਾਂ ਨੂੰ ਜੀ ਐਜੂਕੇਸ਼ਨ ਤੋਂ ਵਾਂਝਿਆ ਕਰ ਦਿਓ ਤਾਂ ਕਿ ਉਹ ਸਵਾਲ ਕਰਨ ਦੇ ਅੱਗੇ ਨਾ ਰਹਿਣ, ਤੇ ਫਿਰ ਵੋਟਾਂ ਉਹਨਾਂ ਤੋਂ ਲੈਣੀਆਂ ਜਿਹੜੀਆਂ ਜੀ ਉਹ ਸੌਖੀਆਂ ਰਹਿਣ। ਇਹੀ ਸ਼ਾਇਦ ਜਿਹੜਾ ਜੀ ਉਹ ਸਰਕਾਰ ਦਾ ਮੰਤਵ ਹੈ। ਇਸ ਸਭ ਕਾਸੇ ਦੇ ਚੱਲਦਿਆਂ ਇੱਕ ਦਿੱਲੀ ਦੇ ਵਿੱਚ ਸਮਾਗਮ ਹੋਇਆ, ਉੱਥੇ ਆਦਰਸ਼ ਮੁੱਖ ਮੰਤਰੀ ਦਾ ਪੁਰਸਕਾਰ ਜਿਹੜਾ ਸੀਗਾ ਜੀ ਉਹ ਮਿਲਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਹੁਣ ਇਹ ਨੀ ਪਤਾ ਵੀ ਇਹ ਆਦਰਸ਼ ਮੁੱਖ ਮੰਤਰੀ ਦਾ ਜਿਹੜਾ ਪੁਰਸਕਾਰ ਸੀ ਇਹ ਕਦੋਂ ਸ਼ੁਰੂ ਹੋਇਆ, ਹੁਣ ਤੱਕ ਇਹ ਕਿਹੜੇ ਕਿਹੜੇ ਮੁੱਖ ਮੰਤਰੀ ਸੀ ਜਿਨ੍ਹਾਂ ਨੂੰ ਜਿਹੜਾ ਉਹ ਮਿਲ ਚੁੱਕਿਆ ਹੋਇਆ। ਇੱਦਾਂ ਦੇ ਪੁਰਸਕਾਰ ਜਿਹੜੇ ਸੀ ਜਦੋਂ ਪਿਛਲੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਦੋਂ ਵੀ ਕੱਢ ਲਏ ਜਾਂਦੇ ਸਨ ਜੀ, ਮਤਲਬ ਕੋਈ ਬੈਸਟ ਮੁੱਖ ਮੰਤਰੀ ਦਾ ਮਿਲ ਗਿਆ ਜੀ। ਕਿੱਥੋਂ ਕਿਵੇਂ ਇਹ ਕਦੋਂ ਸ਼ੁਰੂ ਹੋਏ, ਕਿਸੇ ਨੂੰ ਮੁੜ ਕੇ ਉਹ ਪੁਰਸਕਾਰ ਨਹੀਂ ਜਿਹੜਾ ਜੀ ਉਹ ਲੱਭੇ। ਇਹਨਾਂ ਦਿਨਾਂ ਦੇ ਵਿੱਚ ਦੋ ਕੁ ਦਿਨ ਪਹਿਲਾਂ ਜਿਹੜਾ ਇੱਕ ਬਿਆਨ ਦਿੱਤਾ ਸੀਗਾ ਜੀ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਹੋਰਾਂ ਨੇ, ਉਹ ਚੰਗਾ ਜਿਹੜਾ ਜੀ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਉਹਨਾਂ ਨੇ ਟਾਰਗੇਟ ਕੀਤਾ ਸੀਗਾ ਕਰਤਾਰਪੁਰ ਲਾਂਘੇ ਨੂੰ, ਡਾਇਰੈਕਟਲੀ ਟਾਰਗੇਟ ਸੀਗਾ ਜੀ, ਇਨਡਾਇਰੈਕਟਲੀ ਨਹੀਂ ਡਾਇਰੈਕਟਲੀ ਤੁਸੀਂ ਟਾਰਗੇਟ ਕਹਿ ਲਓ। ਇਹ ਗੱਲ ਆਖੀ ਸੀਗੀ ਉਹਨਾਂ ਨੇ ਕਿ ਜਦੋਂ ਇਹ ਲਾਂਘੇ ਤੋਂ ਜਿਹੜੇ ਜੀ ਉਹ ਜਾਂਦੇ ਆ ਪਾਕਿਸਤਾਨ ਤੇ 6 ਘੰਟਿਆਂ ਦੇ ਵਿੱਚ ਉੱਥੇ ਟ੍ਰੇਨਿੰਗ ਸੈਂਟਰ ਹੈ ਜਿੱਥੇ ਟ੍ਰੇਨਿੰਗ ਦੇ ਕੇ ਸ਼ਾਮ ਤੱਕ ਉਹ ਅੱਤਵਾਦੀ ਬਣਾ ਕੇ ਜਿਹੜਾ ਜੀ ਉਹ ਭੇਜ ਦਿੰਦੇ ਆ। ਏਡਾ ਵੱਡਾ ਬਿਆਨ ਪੰਜਾਬ ਪੁਲਿਸ ਦਾ ਮੁਖੀ ਦੇਵੇ ਔਰ ਇੱਕ ਭਾਈਚਾਰੇ ਨੂੰ ਟਾਰਗੇਟ ਜਿਹੜਾ ਜੀ ਉਹ ਕੀਤਾ ਜਾਵੇ, ਕਿਉਂਕਿ ਜਦੋਂ ਕਰਤਾਰਪੁਰ ਲਾਂਘੇ ਦੀ ਗੱਲ ਆਉਂਦੀ ਆ ਉੱਥੋਂ ਲੰਘਣ ਵਾਲਿਆਂ ਦੀ ਗੱਲ ਆਉਂਦੀ ਆ, ਤੇ ਬਿਨਾਂ ਕਿਸੇ ਸ਼ੱਕ ਦੇ ਇੱਕ ਭਾਈਚਾਰੇ ਦੇ ਉੱਤੇ ਜਿਹੜਾ ਜੀ ਉਹ ਸਜ਼ਾ, ਜਿਉਂ ਕਰਤਾਰਪੁਰ ਲਾਂਘਾ ਖੁੱਲਿਆ ਇਹ ਅੱਖਾਂ ਦੇ ਵਿੱਚ ਤਾਂ ਜਿਹੜਾ ਜੀ ਉਹ ਰੜਕਦਾ, ਸਿੱਧਮ ਸਿੱਧਾ ਜਿਹੜਾ ਜੀ ਉਹ ਰੜਕਦਾ। ਇਸੇ ਕਰਕੇ ਮੁਸ਼ਕਲਾਂ ਜਿਹੜੀਆਂ ਦੀ ਉਹ ਖੜੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਪਿਛਲੇ ਸਮੇਂ ਤੋਂ, ਵੀ ਕਿਸੇ ਤਰੀਕੇ ਦੇ ਨਾਲ ਇਹਨੂੰ ਜਿਹੜਾ ਜੀ ਇਹ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਜਾਂਦਾ ਵੀ ਕੋਈ ਨਾ ਕੁਛ ਕਰਕੇ ਕਿਸੇ ਨਾ ਕਿਸੇ ਕਰ ਚੀਜ਼ਾਂ ਦੇ ਨਾਲ ਇੱਥੇ ਲੋਕਾਂ ਨੂੰ ਹਟਾਇਆ ਜਾਵੇ। ਲੋਕ ਵੀ ਨਹੀਂ ਜਾਂਦੇ ਵੈਸੇ, ਲੋਕ ਤਾਂ ਬਹੁਤ ਘੱਟ ਜਾਂਦੇ ਨੇ, ਇਹਦਾ ਚਰਚਾ ਆਪਾਂ ਬਹੁਤ ਵਾਰੀ ਜਿਹੜਾ ਜੀ ਉਹ ਕੀਤਾ। ਹੁਣ ਇਹਦੇ ਨਾਲ ਜਿਹੜਾ ਜੀ ਇੱਕ ਵਿਵਾਦ ਨਵਾਂ ਜਿਹੜਾ ਸ਼ੁਰੂ ਹੋ ਗਿਆ ਕਿ ਕਿਉਂ ਇੱਡੀ ਗੱਲ ਜਿਹੜੀ ਆ ਜੀ ਉਹ ਪੰਜਾਬ ਪੁਲਿਸ ਦੇ ਮੁਖੀ ਦੇ ਵੱਲੋਂ ਕੀਤੀ ਗਈ, ਹਾਲਾਂਕਿ ਹੁਣ ਜਿਹੜਾ ਉਹਨਾਂ ਨੇ ਟਵੀਟ ਕਰਕੇ ਇਸ ਟਿੱਪਣੀ ਦੇ ਉੱਤੇ ਅਫਸੋਸ ਜਤਾਇਆ ਕਿ ਇਹ ਅਫਸੋਸ ਜਿਹੜਾ ਜੀ ਉਹ ਅਨਫ ਹੈ। ਪੰਜਾਬ ਦੇ DGP ਜਿਹੜੇ ਦਿਨਕਰ ਗੁਪਤਾ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਉਹਨਾਂ ਦੀ ਕਿਸੇ ਟਿੱਪਣੀ ਨਾਲ ਪੰਜਾਬ ਦੇ ਲੋਕਾਂ ਨੂੰ ਸੱਟ ਵੱਜੀ ਹੋਵੇ ਤਾਂ ਇਸ ਗੱਲ ਦਾ ਬੇਹੱਦ ਦੁੱਖ ਹੈ। ਉਹਨਾਂ ਕਿਹਾ ਕਿ ਮੇਰਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ, ਮੈਂ ਤਾਂ ਹਰ ਨਾਗਰਿਕ ਦੀ ਖੁਸ਼ਹਾਲੀ ਤੇ ਸੁਰੱਖਿਅਤ ਤੇ ਸ਼ਾਂਤੀਪੂਰਵਕ ਮਾਹੌਲ ਜਿਹੜਾ ਜੀ ਉਹ ਬਣਾਉਣਾ ਚਾਹੁੰਦਾ ਸੀਗਾ। ਹੁਣ ਇਹਦੀ ਜੇ ਤੁਸੀਂ ਵਰਡਿੰਗ ਜਿਹੜੀ ਜੀ ਉਹ ਦੇਖੋ ਤਾਂ ਉਹ ਬੜੀ ਜਿਹੜੀ ਜੀ ਉਹ ਅਜੀਬੋ ਗਰੀਬ ਹੈ ਕਿ ਜੇਕਰ ਉਹਨਾਂ ਦੀ ਕਿਸੇ ਟਿੱਪਣੀ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਸੱਟ ਵੱਜੀ, ਇਟ ਮੀਨਸ ਕਿ ਉਹ ਨਹੀਂ ਸੋਚਦੇ ਕਿ ਇਹ ਸੱਟ ਜਿਹੜੀ ਹੈ ਜੀ ਉਹ ਵੱਜੀ ਹੈ। ਜਦੋਂ ਮੁਆਫ਼ੀ ਮੰਗਣੀ ਹੋਵੇ ਤਾਂ ਫਿਰ ਵੱਡਾ ਸਾਰਾ ਜੇਰਾ ਕਰਕੇ ਜਿਹੜਾ ਜੀ ਉਹ ਮੁਆਫ਼ੀ ਹੁੰਦੀ ਹੈ ਕਿ ਮੈਂ ਟਿੱਪਣੀਆਂ ਕੀਤੀਆਂ ਨੇ ਭੁਲੇਖੇ ਨਾਲ ਜਿਹੜਾ ਜੀ ਉਹ ਨਿਕਲ ਗਈਆਂ, ਆਹ ਨਹੀਂ ਸੀਗਾ। ਇਹ ਤਾਂ ਜੇ ਕਿਸੇ ਨੂੰ ਜਿਹੜਾ ਜੀ ਉਹ ਸੱਟ ਵੱਜੀ ਹੋਵੇ, ਇਟ ਮੀਨਸ ਕਿ ਅਜੇ ਮੰਨਿਆ ਜਿਹੜਾ ਜੀ ਉਹ ਨਹੀਂ ਡਾਰਿਆ। ਵਿਰੋਧੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਦਿਨਕਰ ਗੁਪਤਾ ਹੋਰੀ ਜਿਹੜੇ ਦੀ ਉਹ ਆਏ ਹੋਏ ਨੇ, ਪੰਥਕ ਜਥੇਬੰਦੀਆਂ ਦੇ ਨਿਸ਼ਾਨੇ ਦੇ ਉੱਤੇ ਵੀ ਦਿਨਕਰ ਗੁਪਤਾ ਹੋਰੀ ਜਿਹੜੇ ਆਏ ਹੋਏ ਨੇ ਥਾਂ ਥਾਂ ਦੇ ਉੱਤੇ, ਉਹਨਾਂ ਦੇ ਪੁਤਲੇ ਜਿਹੜੇ ਆ ਜੀ ਇੱਥੇ ਪੰਜਾਬ ਦੇ ਵਿੱਚ ਫੂਕੇ ਗਏ ਆ ਵਿਰੋਧੀ ਧਿਰਾਂ ਨੇ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ। ਉਹਦੇ ਵਾਸਤੇ ਵੀ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਹੋਰੀ ਉਹਨਾਂ ਨੂੰ ਨਹੀਂ ਹਟਾਉਂਦੇ ਤਾਂ ਜਿਹੜਾ ਜੀ ਉਹ ਵਿਧਾਨ ਸਭਾ ਨਹੀਂ ਚੱਲਣ ਦੇਣਗੇ। ਅਕਾਲ ਤਖ਼ਤ ਦੇ ਜਥੇਦਾਰ ਹੋਰਾਂ ਨੇ ਤਾਂ ਜਿਹੜਾ ਜੀ ਸਿੱਧਾ ਜਿਹੜੀ ਇਹ ਗੱਲ ਕਹੀ ਹੈ ਕਿ ਜੇ ਉਹਨਾਂ ਨੂੰ ਹਟਾਇਆ ਨਹੀਂ ਜਾਂਦਾ, ਉਹਨਾਂ ਤੇ ਮਾਮਲਾ ਦਰਜ ਨਹੀਂ ਜਿਹੜਾ ਜੀ ਉਹ ਕੀਤਾ ਜਾਂਦਾ, ਤਾਂ ਫਿਰ ਉਹ ਅਗਲਾ ਪ੍ਰੋਗਰਾਮ ਜਿਹੜਾ ਜੀ ਉਹ ਕੌਮ ਨੂੰ ਦੇ ਸਕਦੇ ਆ। ਲੈਟਸ ਸੀ ਕਿ ਇਹਦੇ ਉੱਤੇ ਆਉਂਦੇ ਦਿਨਾਂ ਦੇ ਦੌਰਾਨ ਜਿਹੜਾ ਜੀ ਉਹ ਕੀ ਹੁੰਦਾ ਹੈ। ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਧੰਨਵਾਦ ਬਲੇਜ ਪੰਨੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਨ ਬਲੇਜ ਪੰਨੂ ਜੀ ਅੱਜ ਦੇ ਪ੍ਰੋਗਰਾਮ 'ਚ ਖਬਰ 'ਤੇ ਨਜ਼ਰ, ਅਤੇ ਇੱਦਾਂ ਹੀ ਅਸੀਂ ਇਜਾਜ਼ਤ ਲੈਂਦੇ ਹਾਂ, ਕੱਲ੍ਹ ਨੂੰ ਮਿਲਦੇ ਹਾਂ। ਸੁਣਦੇ ਰਹੋ ਪੰਜਾਬੀ ਰੇਡੀਓ USA, ਅਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ।